सत श्री अकाल स्काई न्यूज़ पंजाब देख रहे हो तुसी ते मैं हां तुहाडे नाल विवेक कुमार। इस वेले दी वड्डी खबर संदीप नंगल अंबियां कतल मामले दे नाल जुड़ी हुई लैके सामने आए हां। संदीप नंगल अंबियां कतल मामले दे विच जलंधर पुलिस दे हाथ एक वड्डी सफलता लगी है। जी हां, संदीप नंगल अंबियां कतल मामले दे विच हुण जलंधर पुलिस दे वल्लों सुरजन सिंह चट्ठा जिहड़े कि कबड्डी प्रमोटर ने उन्हां नूं गिरफ्तार कर लिया गया है। इत्थे तुहानूं दस दईए कि जदों संदीप नंगल अंबियां दा कतल हुंदा है तां अज तों 6 महीने पहलां संदीप नंगल अंबियां दी पत्नी रुपिंदर कौर दे वल्लों सुरजन सिंह चट्ठा दे उत्ते इल्जाम लगाए जांदे ने ते जलंधर पुलिस नूं उस वेले लाइव होकर इतलाह दित्ती जांदी है कि जिहड़ा सुरजन सिंह चट्ठा है उह जलंधर दे इक पैलेस दे विच मौजूद है, पुलिस उस नूं उत्थे जाके गिरफ्तार कर लवे। पर पुलिस उस नूं उत्थे जाके गिरफ्तार नहीं करदी। सो इस तों बाद संदीप नंगल अंबियां दी पत्नी दे वल्लों जलंधर पुलिस दे उत्ते कार्रवाई ना करन दे इल्जाम लगाए जांदे ने। पर जिस तों बाद अज जिहड़ा है संदीप नंगल अंबियां कतल मामले दे विच लोड़िंदे जिहड़ा सी सुरजन सिंह चट्ठा कमेटी प्रमोटर ने जिहड़े उन्हां नूं गिरफ्तार कर लिया गया है। सो लगातार पिछले लंबे समय तों संदीप नंगल अंबियां दी पत्नी दे वल्लों जिहड़ा है अपील कीती जा रही सी पंजाब पुलिस नूं कि उस नूं गिरफ्तार कीता जावे। सो अज पंजाब पुलिस दे वल्लों उस नूं गिरफ्तार कर लिया गया है। इस तों पहलां जेकर गल करिए तां रुपिंदर कौर जिहड़े संदीप नंगल अंबियां दी पत्नी ने उस दे वल्लों भी कई बार फेसबुक ते लाइव आके अपील की गई सी ते इल्जाम कई तरीके दे लगाए गए सी कि संदीप नंगल अंबियां कतल मामले दे विच पुलिस जिहड़ी है उह कार्रवाई बहुत हौली कर रही है ते ना दे बराबर कर रही है। सो जिस तों बाद अज पंजाब पुलिस दे वल्लों संदीप नंगल अंबियां कतल मामले दे विच मामले दे तहत जिहड़ा है सुरजन सिंह चट्ठा नूं गिरफ्तार कर लिया गया है। ਉੱਥੇ ਜੇਕਰ ਗੱਲ ਕਰੀਏ ਤਾਂ ਰੁਪਿੰਦਰ ਕੌਰ ਨੇ 6 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਸੀ ਕਿ ਚੱਠਾ ਜਲੰਧਰ ਦੇ ਕਰਤਾਰ ਪੈਲਸ ਦੇ ਵਿੱਚ ਮੌਜੂਦ ਹੈ, ਪੁਲਿਸ ਉਸ ਨੂੰ ਜਾ ਕੇ ਉੱਥੋਂ ਗ੍ਰਿਫਤਾਰ ਕਰ ਲਵੇ। ਪਰ ਉਸ ਦਿਨ ਉਹ ਪੁਲਿਸ ਦੇ ਹੱਥ ਨਹੀਂ ਆਇਆ। ਸੋ ਜਿਸ ਤੋਂ ਬਾਅਦ ਹੁਣ ਅੱਜ ਪੰਜਾਬ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਉੱਥੇ ਜੇਕਰ ਸੰਦੀਪ ਨੰਗਲ ਅੰਬੀਆਂ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੇ ਸੰਦੀਪ ਨੰਗਲ ਅੰਬੀਆਂ ਜਿਨ੍ਹਾਂ ਦਾ 14 ਮਾਰਚ 2022 ਨੂੰ 38 ਸਾਲ ਦੀ ਉਮਰ ਦੇ ਵਿੱਚ ਮਲਿਆਣਾ ਖੁਰਦ ਜਿਹੜਾ ਜਲੰਧਰ ਦੇ ਵਿੱਚ ਪਿੰਡ ਹੈ ਉੱਥੇ ਗੋਲੀਆਂ ਮਾਰ ਕੇ ਚੱਲਦੇ ਟੂਰਨਾਮੈਂਟ ਦੇ ਵਿੱਚ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੋ ਉਸ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਤਾਂ ਸੰਦੀਪ ਨੰਗਲ ਅੰਬੀਆਂ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਸੀ। ਕਈ ਗ੍ਰਿਫਤਾਰੀਆਂ ਵੀ ਹੋਈਆਂ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਦੇ ਵਿੱਚ, ਪਰ ਉਹਨਾਂ ਦੀ ਪਤਨੀ ਜੇਕਰ ਗੱਲ ਕਰੀਏ ਤਾਂ ਰੁਪਿੰਦਰ ਕੌਰ ਦੇ ਵੱਲੋਂ ਹਮੇਸ਼ਾ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀਆਂ ਬਾਕੀ ਗ੍ਰਿਫਤਾਰੀਆਂ ਹੋਈਆਂ ਨੇ ਉਹ ਤਾਂ ਠੀਕ ਨੇ, ਪਰ ਜਿਹੜੇ ਮੁੱਖ ਮੁਲਜ਼ਮ ਨੇ ਉਹਨਾਂ ਨੂੰ ਪੰਜਾਬ ਪੁਲਿਸ ਸ਼ੈਲਟਰ ਕਰ ਰਹੀ ਹੈ, ਉਹਨਾਂ ਨੂੰ ਇਹਦੇ ਉੱਤੇ ਕਾਰਵਾਈ ਨਹੀਂ ਕਰ ਰਹੀ ਹੈ। ਪਰ ਹੁਣ ਇਸ ਦੇ ਵਿਚਕਾਰ ਹੀ ਹੁਣ ਅੱਜ ਜਲੰਧਰ ਪੁਲਿਸ ਦੇ ਵੱਲੋਂ ਜਿਹੜਾ ਹੈ ਸੁਰਜਨ ਸਿੰਘ ਚੱਠਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋ ਉੱਥੇ ਹੀ ਜੇਕਰ ਹੁਣ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਪੰਜਾਬ ਆਉਂਦੇ ਨੇ ਤੇ ਉੱਥੇ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਕਈ ਤਰੀਕੇ ਦੇ ਜਿਹੜਾ ਵੱਡੇ ਇਲਜ਼ਾਮ ਲਗਾਉਂਦੇ ਨੇ ਕਿ ਜਿਹੜੇ ਮੌਕੇ ਵਾਰਦਾਤ ਦੇ ਜਿਹੜੇ ਗਵਾਹ ਨੇ ਜਾਂ ਇਸ ਤੋਂ ਇਲਾਵਾ ਜੇਕਰ ਪੁਰਾਣੀ ਰੰਜਿਸ਼ ਦੀ ਗੱਲ ਕਰੀਏ ਤਾਂ ਉਹਦੇ ਗਵਾਹ ਨੇ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ। ਸੋ ਇਸ ਤੋਂ ਇਲਾਵਾ ਰੁਪਿੰਦਰ ਕੌਰ ਨੇ ਇਹ ਵੀ ਖਾਸਾ ਜਤਾਇਆ ਸੀ ਕਿ ਉਹਨਾਂ ਦੇ ਉੱਤੇ ਵੀ ਹਮਲਾ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਰੁਪਿੰਦਰ ਕੌਰ ਨੇ ਇਹ ਵੀ ਕਿਹਾ ਸੀ ਕਿ ਪ੍ਰਮੋਟਰ ਜਿਹੜਾ ਨੇ ਉਹਨਾਂ ਨੂੰ ਵੀ ਧਮਕੀ ਦੇ ਰਹੇ ਨੇ, ਪਰ ਪੁਲਿਸ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਸੋ ਹੁਣ ਇਸ ਤੋਂ ਬਾਅਦ ਜਲੰਧਰ ਪੁਲਿਸ ਦੇ ਵੱਲੋਂ ਸੁਰਜਨ ਸਿੰਘ ਚੱਠਾ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ, ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਦਾ। ਸੋ ਉੱਥੇ ਜੇਕਰ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਦੀ ਗੱਲ ਕਰਾਂ ਤਾਂ 14 ਮਾਰਚ 2022 ਨੂੰ ਜਲੰਧਰ ਦੇ ਮੱਲਿਆਂ ਪਿੰਡ ਮੱਲਿਆਂ ਖੁਰਦ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚੱਲਦੇ ਟੂਰਨਾਮੈਂਟ ਦੇ ਵਿੱਚ ਭਰੇ ਲੋਕਾਂ ਦੇ ਵਿਚਕਾਰ ਜਿਹੜਾ ਕੁਝ ਸ਼ੂਟਰ ਆਉਂਦੇ ਨੇ ਤੇ ਗੋਲੀਆਂ ਮਾਰ ਕੇ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰ ਦਿੰਦੇ ਨੇ। ਸੋ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਲਗਾਤਾਰ ਇਸ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ। 6 ਮਹੀਨੇ ਪਹਿਲਾਂ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਨੇ ਇਲਜ਼ਾਮ ਲਗਾਏ ਸੀ ਕਿ ਪੰਜਾਬ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ, ਕਿਉਂਕਿ ਫੇਸਬੁੱਕ ਤੇ ਲਾਈਵ ਹੋ ਕੇ ਦਾਅਵਾ ਕੀਤਾ ਸੀਗਾ ਕਿ ਜਿਹੜਾ ਸੁਰਜਨ ਸਿੰਘ ਚੱਠਾ ਹੈ ਉਹ ਜਲੰਧਰ ਦੇ ਕਰਤਾਰ ਪੈਲਸ ਦੇ ਵਿੱਚ ਬੈਠਾ ਹੈ, ਪੰਜਾਬ ਪੁਲਿਸ ਨੂੰ ਉੱਥੇ ਜਾ ਕੇ ਗ੍ਰਿਫਤਾਰ ਕਰ ਲਵੇ। ਸੋ ਉਸ ਤੋਂ ਬਾਅਦ ਅੱਜ ਪੰਜਾਬ ਪੁਲਿਸ ਦੇ ਵੱਲੋਂ ਜਲੰਧਰ ਪੁਲਿਸ ਦੇ ਵੱਲੋਂ ਸੁਰਜਨ ਸਿੰਘ ਚੱਠਾ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ।